सारेनु प्यार परी सासरी अकाल। आपा जी श्री करतारपुर साहिब गए सीगे ते गुरु साहब दी अपार कृपा हुई अपने ते की जान दा दर्शन करन दा मौका मिलिया ते मतलब अपना तो सिर्फ एक मतलब मेन परपज यही सीगा कि जावांगे बाबे नानक दी धरती दे दर्शन करके आवांगे ते होर गुरुद्वारा साहब भी जाने आ दर्शन करदे आ। आपां ने तुसीं अपने ब्लॉग्स दे विच देखिया होना कि आपां ने इस बार काफ़ी गुरु घर के जिहड़े दर्शन किए थे सभा के दिन सीगे आपां ने फिर वो टाइम चलो आप फ्री भी सीगे ते डैडी भी फ्री सीगे क्योंकि खेती का कोई काम नहीं सी उन्हां दिनां दे विच ते आपां ने फिर वो सारे जिन्हें भी मतलब धार्मिक स्थान सीगे आपां उन्हां दे दर्शन किए आनंदपुर साहब तो शुरू किया दर्शन करन दा जिहड़ा अपना सिलसिला सीगा ते नाल ही गुरु साहब की कृपा होगी कि अपने दर्शन करदे ही आपां जिहड़ी करतारपुर साहब की परमिशन सीगी वह भी मिल गई। वधिया खुशी हुई नवे साल के उत्ते ही परमिशन आ गई सी। वैसे तो असी एक तरीक की बुकिंग करनी सी पर एक तरीक जी ऑलरेडी बुक सी तो आपां दो तरीक लैनी पई तो अपनी परमिशन आ गई सी जी तो वधिया खुशी हुई। फिर आप गोरे वीरे नूं लैके घरों तुर पे सी। वैसे 7 बजे का टाइम होंदा उत्थे 7-8 बजे आप एंट्री कर सकते हैं पर इन्नी साजरे उदा भी कोई संगत नहीं आई होंगी उधरली साइड तो भी इधरली साइड तो भी ते तां करके बाकी जिहड़ा इमीग्रेशन का प्रोसैस होंदा उहदे च भी बंदा थोड़ा लेट हो जांदा ते आपां घरों लगभग 4 बजे 4:30 ही हो गए सीगे। मैं कि ओ रफ्तार ओ किलोमीटर दे हिसाब नाल तुरना चाहीदा ਵੀ ਆਪਾਂ ਤਾਂ ਚੱਲ ਲੇਟ ਹੋ ਗਏ ਸੀਗੇ ਫਿਰ ਵੀ ਟਾਈਮ ਸੀਗਾ ਟਾਈਮ ਸਿਰ ਪਹੁੰਚ ਗਏ। ਕਈ ਵਾਰੀ ਧੁੰਦ ਪਈ ਹੋਵੇ ਫਿਰ ਗੱਡੀ ਬੰਦਾ ਭਜਾਉਂਦਾ ਅੱਧਾ ਘੰਟਾ ਘੰਟਾ ਪਹਿਲਾਂ ਹੀ ਪਹੁੰਚੋ ਨੇੜੇ ਜਾ ਕੇ ਹੋਕ ਕਰੋ ਰਹੇ ਸੀ। ਵੈਸੇ ਇਹ ਵੀਡੀਓ ਬਿਲਕੁਲ ਮਤਲਬ ਵੀ ਕੋਈ ਸਾਰਾ ਬਣਾਉਣ ਦਾ ਪਲਾਨ ਨਹੀਂ ਸੀਗਾ ਇਹ ਰਿਕੁਐਸਟਡ ਵੀਡੀਓ ਆ ਕਾਫੀ ਜਣਿਆਂ ਨੇ ਪੁੱਛਿਆ ਸੀਗਾ ਤੇ ਹੁਣ ਮੇਨ ਮਤਲਬ ਜਿਹੜੀਆਂ ਗੱਲਾਂ ਨੇ ਅਸੀਂ ਮਤਲਬ ਉਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਤੁਹਾਡੇ ਵੀ ਕੰਮ ਆਉਣਗੀਆਂ ਤੇ ਜਦੋਂ ਵੀ ਤੁਸੀਂ ਜਾਣਾਗਾ ਜੇ ਤੁਸੀਂ ਬੁਕਿੰਗ ਕਰਦੇ ਹੋ ਬੁਕਿੰਗ ਵਾਲੀ ਵੀਡੀਓ ਤੁਹਾਨੂੰ ਕੱਲ ਨੂੰ ਦੇਖਣ ਨੂੰ ਮਿਲੂਗੀ। ਮੈਂ ਉਹ ਸਾਰਾ ਜਿਹੜਾ ਬੁਕਿੰਗ ਦਾ ਪ੍ਰੋਸੈਸ ਆ ਉਹ ਵੀ ਅਪਲੋਡ ਕਰੂੰਗੀ ਬਿਕੋਜ਼ ਆਪਣੇ ਪਿੰਡ ਦੇ ਵੀ ਮਤਲਬ 2-3 ਜਾਣੇ ਸੀਗੇ ਜਿਨ੍ਹਾਂ ਨੇ ਜਾਣਾ ਕਰਤਾਰਪੁਰ ਸਾਹਿਬ ਫਿਰ ਹੁਣ ਆਪਣੇ ਡਾਕੂਮੈਂਟਸ ਨੇ ਜਿਹੜੇ ਉਹ ਆਪਾਂ ਨੂੰ ਦੇ ਗਏ ਆ ਤੇ ਹੁਣ ਆਪਾਂ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਨ ਲੱਗੇ ਹੈਗੇ। ਮੈਂ ਉਹਨੇ ਕਿਹਾ ਸੀਗਾ ਵੀ ਉਹ ਜਿਹੜਾ ਮੂਹਰੇ ਕਮਰਾ ਉੱਥੇ ਆਪਣਾ ਆਫਿਸ ਖੋਲ ਲਾ समोसा ब्रेड ता मिलदा कई बंदे नहीं खांदे इस करके अपनी दुपहर दी रोटी जां एक दो रोटियां घरों पका के लै जावे जिन्हें उत्थे गड्डी दे विच सारा दिन रहना क्योंकि हुण पहला तुहानूं मोटा मोटा मैं दस दिंदी आ बाद चो डैडी मम्मी कंटिन्यू कर लैणगे कि जदों तुसीं घरों तुरना गा अपना टाइम वगैरह देख के जाओ टाइम देख लो उत्थे करतारपुर दी लोकेशन सर्च करके सिद्धी जे करतारपुर दी करोगे तां तुहानूं लाहौर विच दी दिखाऊगा बहुत लंबा पऊगा। ਤੁਸੀਂ ਕੋਸ਼ਿਸ਼ ਕਰੋ ਕਿ ਇੱਥੋਂ ਡੇਰਾ ਬਾਬਾ ਨਾਨਕ ਦੀ ਲੋਕੇਸ਼ਨ ਲਾ ਕੇ ਜਾਓ ਕਿਉਂਕਿ ਡੇਰਾ ਬਾਬਾ ਨਾਨਕ ਤੋਂ ਬਿਲਕੁਲ 4-5 ਕਿਲੋਮੀਟਰ ਪੈ ਜਾਂਦਾ ਹੈਗਾ ਅਤੇ ਡੇਰਾ ਬਾਬਾ ਨਾਨਕ ਦੀ ਜਦੋਂ ਲੋਕੇਸ਼ਨ ਲਾਉਣੀ ਆ ਤੁਹਾਨੂੰ ਟਾਈਮ ਪਤਾ ਲੱਗ ਜੂਗਾ ਕਿ ਤੁਹਾਨੂੰ ਗੱਡੀ 'ਤੇ ਕਿੰਨਾ ਟਾਈਮ ਲੱਗੂਗਾ ਉਸ ਹਿਸਾਬ ਨਾਲ ਤੁਸੀਂ ਘਰੋਂ ਤੁਰਿਓ ਅਤੇ ਜਦੋਂ ਤੁਸੀਂ ਘਰੋਂ ਤੁਰਦੇ ਆ ਪਹਿਲਾਂ ਇੰਡੀਆ ਵਾਲੀ ਸਾਈਡ ਤੋਂ ਜਿਹੜੇ ਆਪਣੇ BSF ਦੇ ਜਵਾਨ ਆ ਹੈ ਨਾ ਉੱਥੇ ਚੈਕਿੰਗ ਲਈ ਖੜ੍ਹੇ ਹੋਣਗੇ ਉਹ ਤੁਹਾਡਾ ਦੇਖਣਗੇ ਕਿ ਤੁਹਾਡੇ ਕੋਲ ETI ਫੋਰਮ ਹੈਗਾ ETI ਫੋਰਮ 'ਤੇ ਤੁਹਾਡਾ ਪਾਸਪੋਰਟ ਇੱਕ ਜਣੇ ਦਾ ਦੇਖ ਕੇ ਤੁਹਾਨੂੰ ਅੰਦਰ ਐਂਟਰੀ ਹੋ ਜੂਗੀ ਵਿਦ ਤੁਹਾਡਾ ਡਰਾਈਵਰ ਜੀ ਦੀ ਕਿ ਮਤਲਬ ਜੇ ਕਈ ਵਾਰ ਉਹ ਹੁੰਦਾ ਕਿ ਉਹਦੇ ਕੋਲ ਪਰਮਿਸ਼ਨ ਨਹੀਂ ਹੁੰਦੀ ਉਹ ਜਾ ਸਕਦਾ ਇੰਡੀਆ ਦੇ ਇਮੀਗ੍ਰੇਸ਼ਨ ਦੇ ਬਾਹਰ ਤੱਕ ਪਾਰਕਿੰਗ ਤੱਕ ਹਾਂਜੀ ਪਾਰਕਿੰਗ ਤੱਕ ਫਿਰ ਤੁਸੀਂ ਜਦੋਂ ਪਾਰਕਿੰਗ ਦੇ ਵਿੱਚ ਗੱਡੀ ਲਾਉਣੇ ਹੋ ਆਪਣੀ ਉਹ ਤੁਹਾਡਾ ਜਿਹੜਾ ਡਰਾਈਵਰ ਤੁਹਾਡੇ ਨਾਲ ਗਿਆ ਜਿਹਦੇ ਕੋਲ ETI ਫਾਰਮ ਨਹੀਂ ਹੈਗਾ ਤੇ ਪਰਮਿਸ਼ਨ ਨਹੀਂ ਹੈਗੀ ਉਹ ਅੰਦਰ ਨਹੀਂ ਜਾ ਸਕੂਗਾ ਉਹ ਪਾਰਕਿੰਗ ਦੇ ਵਿੱਚ ਰਹੂਗਾ ਪੂਰਾ ਦਿਨ। ਤੇਲ ਨਾਲ ਪ੍ਰੋਸੈਸ ਹੈਗਾ ਉਹ ਅਗਲੀ ਵੀਡੀਓ 'ਚ ਦੱਸਾਂਗੇ ਇਹਦੇ 'ਚੋਂ ਮਤਲਬ ਮੇਨ ਉਹ ਗੱਲਾਂ ਨੇ ਤੇ ਇਸ ਤੋਂ ਬਾਅਦ ਅਸੀਂ ਮਤਲਬ ਜਦੋਂ ਆਪਾਂ ਉਹਦੇ ਵਿੱਚ ਐਂਟਰ ਹੁੰਦੇ ਹਾਂ ਇੰਡੀਅਨ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਉੱਥੇ ਤੁਹਾਨੂੰ ਗੇਟ ਦੇ ਉੱਤੇ ਤੁਹਾਡਾ ਫਾਰਮ ਵਗੈਰਾ ਚੈੱਕ ਕਰਕੇ ਤੁਹਾਨੂੰ ਐਂਟਰੀ ਹੋ ਜੂਗੀ ਫਿਰ ਤੁਸੀਂ ਆਪਣੀ ਜਿਹੜੀ ਸਾਰੀ ਚੈਕਿੰਗ ਆ ਉੱਥੇ ਤੁਹਾਡੀ ਡਨ ਹੋ ਜਾਣੀ ਆ ਜਿਹੜੇ ਵੀ ਬਾਹਰ ਜਾਂਦੇ ਆ ਉਹਨਾਂ ਨੂੰ ਸਾਰਾ ਪਤਾ ਸੇਮ ਤੁਹਾਡਾ ਲਗੇਜ ਆ ਜਿਹੜਾ ਮਤਲਬ ਜਿਹੜਾ ਤੁਹਾਡਾ ਸਮਾਨ ਆ 7 ਕਿਲੋ ਵੇਟ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਡਾ ਵੇਟ ਉੱਥੇ ਉਹਨਾਂ ਨੇ ਉਹ ਚੈੱਕ ਕਰ ਲੈਣਾ ਤੁਹਾਡੇ ਸਮਾਨ ਦਾ ਅਤੇ ਤੁਹਾਡੀਆਂ ਚੀਜ਼ਾਂ ਦੀ ਚੈਕਿੰਗ ਹੋ ਜੂਗੀ ਤੁਹਾਡੀ ਆਪਣੀ ਚੈਕਿੰਗ ਹੋ ਜੂਗੀ ਅਤੇ ਤੁਸੀਂ ਫਿਰ ਉੱਥੋਂ ਬਾਹਰ ਨਿਕਲਦੇ ਹੋ ਇੰਡੀਆ ਵਾਲੇ ਇਮੀਗ੍ਰੇਸ਼ਨ ਉੱਧਰ ਕੋਈ ਵੀ ਐਸੀ ਚੀਜ਼ ਨਾ ਲੈ ਕੇ ਜਾਓ ਉਹ ਤਾਂ ਮੇਰੇ ਬਟੂਏ ਦੇ ਵਿੱਚ ਉਹਨਾਂ ਨੇ ਬਲੇਟ ਵੀ ਫੜ ਲਈ ਫਿਰ ਬੰਦੇ ਦੀ ਬੇਇੱਜ਼ਤੀ ਹੁੰਦੀ ਆ ਉਹ ਤਾਂ ਨਾਰਮਲ ਉਹ ਟਿਕਟ ਦੀ ਚੀਜ਼ ਕੋਈ ਵੀ ਅਲਾਊਡ ਨਹੀਂ ਹੈਗੀ ਉਹ ਤਾਂ ਸਭ ਨੂੰ ਚਲੋ ਤੁਹਾਨੂੰ ਪਤਾ ਹੀ ਆ ਕੁਛ ਵੀ ਲੈ ਕੇ ਨਾ ਜਾਇਓ ਪਹਿਲਾਂ ਚੈੱਕ ਕਰਕੇ ਜਾਇਓ ਕਿਉਂਕਿ ਡੈਡੀ ਜੀ ਦੇ ਧਿਆਨ 'ਚ ਨਹੀਂ ਰਿਹਾ ਇਹਨਾਂ ਦੇ ਪਰਸ 'ਚ ਡੈਡੀ ਦੇ ਹਮੇਸ਼ਾ ਬਲੇਟ ਹੁੰਦਾ ਗਾ
ਉਹ ਆਪਣਾ ਕੱਢ ਕੇ ਜਾਇਓ। ਫਿਰ ਇਦੋਂ ਬਾਅਦ ਦੇ ਵਿੱਚ ਹੁਣ ਡੈਡੀ ਹੋਣੀ ਕੰਟੀਨਿਊ ਕਰ ਲੈਣਗੇ ਜਦੋਂ ਇੰਡੀਅਨ ਇਮੀਗ੍ਰੇਸ਼ਨ ਤੋਂ ਬਾਹਰ ਆਉਣੇ ਆ, ਫਿਰ ਉਦੋਂ ਬਾਅਦ 'ਚ ਆਪਣੀ ਜਿਹੜੀ ਇੰਡੀਆ ਵਾਲੇ ਉਹਨੂੰ ਕਾਰ ਵੀ ਕਹਿ ਦਿੰਦੇ ਨੇਗੇ, ਇਹ ਮਤਲਬ ਕਹਿ ਲਓ ਸੇਮ ਹੀ ਜਿੱਦਾਂ ਆਪਣੇ ਏਅਰਪੋਰਟ ਦੇ ਦਿੱਲੀ ਨੇ। ਹਾਂਜੀ, ਜਿਹਨਾਂ ਤੋਂ ਨਹੀਂ ਤੁਰ ਹੁੰਦਾ ਅਗਲਾ ਕਹਿੰਦਾ ਵੀ ਸਾਨੂੰ ਉੱਥੇ ਤੱਕ ਛੱਡ ਦਿਓ। ਵੈਸੇ ਤਾਂ ਆਪਾਂ ਜ਼ਿਆਦਾ ਤੁਰ ਕੇ ਹੀ ਜਾਂਦੇ ਹਾਂ ਜਿਹੜੇ ਬਜ਼ੁਰਗ ਹੁੰਦੇ ਨੇ, ਵੈਸੇ ਪੈਦਲ ਜਾ ਸਕਦੇ ਹੋ, ਪਰ ਤੁਸੀਂ ਆਪਣਾ ਟਾਈਮ ਬਚਾਓ ਜਦੋਂ ਇੰਡੀਆ ਤੋਂ ਤੁਸੀਂ ਪਾਕਿਸਤਾਨ ਐਂਟਰ ਹੋਣਾ, ਕਿਉਂਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉੱਧਰ ਜ਼ਿਆਦਾ ਟਾਈਮ ਰਹਿ ਕੇ ਚਲੋ ਦਰਸ਼ਨ ਕਰ ਸਕੋ, ਕਿਉਂਕਿ ਆਪਣੇ ਪਰਮਿਸ਼ਨ ਇੱਕ ਦਿਨ ਦੀ ਹੁੰਦੀ ਆ ਆਪਣੇ ਕੋਲ। ਤੇ ਉਹ ਤੁਸੀਂ ਜਦੋਂ ਇਮੀਗ੍ਰੇਸ਼ਨ ਤੋਂ ਬਾਹਰ ਨਿਕਲੋਗੇ, ਤੁਹਾਨੂੰ ਇੰਡੀਆ ਵਾਲੇ ਜਿਹੜੀ ਈ ਰਿਕਸ਼ਾ ਵਾਲੇ ਵੀਰ ਨੇ ਉਹ ਫ੍ਰੀ ਸੇਵਾ ਕਰਦੇ ਆ, ਉਹ ਤੁਹਾਨੂੰ ਛੱਡ ਕੇ ਆਉਣਗੇ ਇੰਡੀਅਨ ਤੇ ਪਾਕਿਸਤਾਨ, ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਤੱਕ ਜਿੱਥੇ ਉਹ ਲਾਈਨ ਆ ਜਾਂਦੀ ਆ। ਉੱਥੋਂ ਬਸ ਤੁਸੀਂ ਪੈਦਲ ਅੰਦਰ ਐਂਟਰ ਹੋਣਾ, ਅੰਦਰ ਐਂਟਰ ਹੁੰਦਿਆਂ ਹੀ ਜਿਹੜੀ ਉੱਧਰ ਉਹਨਾਂ ਦੀ ਮਤਲਬ BSF ਕਹਿ ਲਓ, ਮੈਨੂੰ ਪਤਾ ਨਹੀਂ ਉਹਦਾ ਕੀ ਨਾਮ ਹੋਣਾ, BSF ਹੀ ਆ ਜੀ, ਬਾਰਡਰ ਸਿਕਿਉਰਿਟੀ ਫੋਰਸ, ਹਾਂ ਉਹ ਉੱਥੇ ਖੜੇ ਹੋਣਗੇ। ਤੇ ਨਾਲ ਹੀ ਤੁਹਾਨੂੰ ਉੱਧਰ ਰਿਕਸ਼ਾ ਮਿਲ ਜੂਗਾ ਮਤਲਬ ਪਾਕਿਸਤਾਨ ਵਾਲਾ, ਬਸ ਤੁਸੀਂ ਇੰਡੀਆ ਦੀ ਹੱਦ ਤੱਕ ਹੀ ਜਾਣਾ, ਉਦੋਂ ਅੱਗੇ ਆਪਣਾ ਰਿਕਸ਼ਾ ਕ੍ਰੋਸ ਨਹੀਂ ਕਰ ਸਕਦਾ ਹੈਗਾ। ਤੇ ਉਸ ਤੋਂ ਅੱਗੇ ਫਿਰ ਆਪਾਂ ਨੂੰ ਉਹ ਲੈ ਕੇ ਜਾਂਦੇ ਨੇ, ਬੜਾ ਪਿਆਰ ਕਰਦੇ ਨੇ, ਪਿਆਰ ਨਾਲ ਲੈ ਕੇ ਜਾਂਦੇ ਨੇ, ਆਓ ਭਗਤ ਬਹੁਤ ਜ਼ਿਆਦਾ ਕਰਦੇ ਨੇ ਵੀ ਕੋਈ ਪ੍ਰੋਬਲਮ ਨਹੀਂ, ਬੱਸਾਂ ਵੀ ਨੇ, ਤੁਹਾਡਾ ਦਿਲ ਕਰਦਾ ਬੱਸ 'ਚ ਜਾਓ, ਤੁਹਾਡਾ ਦਿਲ ਕਰਦਾ, ਪਰ ਜੇ ਆਪਾਂ ਰਿਕਸ਼ੇ ਦੇ ਵਿੱਚ ਜਾਂਦੇ ਹਾਂ ਤਾਂ ਆਲੇ ਦੁਆਲੇ ਆਪਾਂ ਸਾਰਾ ਕੁਛ ਵਧੀਆ ਦੇਖਦੇ ਜਾਂਦੇ ਹਾਂ। ਹਵਾ ਤਾਂ ਸਰ ਮੌਸਮ ਠੰਡਾ ਸੀ ਨਾ ਤੇ ਵੈਸੇ, ਪਰ ਬਹੁਤ ਵਧੀਆ ਲੱਗਿਆ ਉਹਦੇ ਵਿੱਚ ਵੀ। ਪਰ ਮੇਨ ਗੱਲ ਇਹ ਆ ਕਿ ਜਿਹੜੇ ਇੰਡੀਅਨ ਇਮੀਗ੍ਰੇਸ਼ਨ ਵਾਲੇ ਆ ਤੇ ਪਾਕਿਸਤਾਨੀ ਇਮੀਗ੍ਰੇਸ਼ਨ ਵਾਲੇ ਆ, ਸਾਰੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਟ੍ਰੀਟ ਕਰਦੇ ਹੈਗੇ। ਤੇ ਤੁਹਾਡੇ ਕੋਲ ਉਸ ਟਾਈਮ ਤੁਹਾਡਾ ਜਿਹੜਾ ਕਰੋਨਾ ਟੈਸਟ ਹੈਗਾ ਉਹ ਹੋਣਾ ਚਾਹੀਦਾ, ਤੇ ਨਾਲ ਤੁਹਾਡੇ ਕੋਲ ਜਿਹੜੀ ਤੁਹਾਡੇ ਵੈਕਸੀਨੇਸ਼ਨ ਹੋਈ ਆ ਉਹਦਾ ਪ੍ਰੂਫ ਤੁਹਾਨੂੰ ਚਾਹੀਦਾ, ਜ਼ਰੂਰੀ ਆ, ਉਹ ਜ਼ਰੂਰੀ ਆ, ਦੋਨੋਂ ਲੱਗੀਆਂ ਹੋਈਆਂ ਹੋਣੀਆਂ ਚਾਹੀਦੀਆਂ। ਤੇ ਫਿਰ ਇਸ ਤੋਂ ਬਾਅਦ ਆਪਾਂ ਉਹ ਰਿਕਸ਼ੇ ਦੇ ਵਿੱਚ ਜਾ ਕੇ ਜਿਹੜਾ ਪਾਕਿਸਤਾਨੀ ਇਮੀਗ੍ਰੇਸ਼ਨ ਆ ਉਹਦੇ ਬਾਹਰ ਚਲੇ ਜਾਂਦੇ ਹੈਗੇ। ਤੇ ਉਹਦੇ ਬਾਹਰ ਵਾਲਾ ਐਕਸਪੀਰੀਅੰਸ ਤੁਸੀਂ ਸਾਡਾ ਦੇਖਿਆ ਹੋਣਾ, ਸਾਡੀਆਂ ਜਿਹੜੀਆਂ ਪਾਕਿਸਤਾਨ ਦੀਆਂ ਵੀਡੀਓ ਸੀਗੀਆਂ ਕਰਤਾਰਪੁਰ ਸਾਹਿਬ ਦੀਆਂ, ਉੱਥੇ ਆਪਾਂ ਕਰੰਸੀ ਵਗੈਰਾ ਐਕਸਚੇਂਜ ਕਰਾ ਸਕਦੇ ਹਾਂ। ਤੁਸੀਂ 5-7 ਕਿਲੋ ਦਾਲ ਲੈ ਜਾਓ, ਚੌਲ ਲੈ ਜਾਓ, ਤੁਸੀਂ ਰਾਸ਼ਨ ਲੈ ਜਾਓ, ਰਮਾਲਾ ਸਾਹਿਬ ਲੈ ਜਾਓ, ਜ਼ਰੂਰ ਲੈ ਕੇ ਜਾਇਓ ਲੰਗਰ ਦੇ ਵਿੱਚ, ਉਹ ਪੰਜਾਬੀ ਦਾਲ ਖਾ ਕੇ ਬਹੁਤ ਖੁਸ਼ ਨੇ। ਤੁਸੀਂ ਨਹੀਂ ਲੈ ਕੇ ਜਾਂਦੇ ਹੈਗੇ ਤਾਂ ਤੁਸੀਂ ਆਪਣੀ ਪੈਸਿਆਂ ਨਾਲ, ਚਲੋ ਉਹ ਤਾਂ ਆਪੋ ਆਪਣੀ ਮੌਜ ਆ ਬੰਦੇ ਦੀ, ਆਪੋ ਆਪਣੀ ਮਰਜ਼ੀ ਆ, ਆਪਾਂ ਤਾਂ ਦੱਸਣ ਦਾ ਫਰਜ਼। ਹਾਂਜੀ ਹਾਂ, ਉਹੀ ਆ ਕਿ ਉਹ ਚਲੋ ਤੁਹਾਡੀ ਆਪਣੀ ਉਹ ਆ, ਜਿਵੇਂ ਤੁਹਾਨੂੰ ਮਤਲਬ ਕਈ ਵਾਰ ਉਹ ਐਵੇਂ ਵੀ ਹੁੰਦਾ ਨਾ ਕਿ ਬੱਸਾਂ 'ਚ ਸਫ਼ਰ ਕਰਕੇ ਅੰਮ੍ਰਿਤਸਰ ਤੱਕ ਜਾਂ ਡੇਰਾ ਬਾਬਾ ਨਾਨਕ ਜਾਂਦੀ ਆ, ਉਹਨੂੰ ਔਖਾ ਹੋ ਜਾਂਦਾ। ਜਦ ਤੋਂ ਤੁਸੀਂ ਪਾਰਕ 'ਚ ਵੜ ਗਏ, ਗੁਰਦੁਆਰਾ ਜਾਣ ਤੱਕ ਕੋਈ ਪੈਸਾ ਨਹੀਂ ਖਰਚਣਾ, ਕੋਈ ਕਿਰਾਇਆ ਨਹੀਂ ਹੈਗਾ, ਸਭ ਜਿੰਨਾ ਵੀ ਸਫ਼ਰ ਆ ਫ੍ਰੀ ਆ। ਗੁਰਦੁਆਰਾ ਸਾਹਿਬ ਕਈ ਸੱਜਣ ਲੈ ਕੇ ਗਏ ਸੀਗੇ, ਮੈਂ ਦੇਖੇ ਨੇ ਆਪਣੇ 2-3 ਬੰਦੇ, ਇਹ ਨੀ ਵੀ ਨਹੀਂ ਮੈਂ ਜਾ ਨੀ ਸਕਦੀ ਜਾਂ ਇਹ ਔਖਾ, ਲੈ ਬੱਚੇ ਤੋਂ ਬਜ਼ੁਰਗ ਤੱਕ ਵੀਅਰ ਚੇਅਰ ਵੀ ਹੈਗੀ ਆ ਉੱਥੇ, ਕਿਉਂਕਿ ਬਾਬੇ ਨਾਨਕ ਦੀ ਧਰਤੀ ਹੈ, ਜੇ ਤੁਹਾਨੂੰ ਮੌਕਾ ਮਿਲਦਾ ਦਰਸ਼ਨ ਕਰਕੇ ਉਹ ਵਧੀਆ ਗੱਲ ਆ। ਅਤੇ ਜਿਹੜੀ ਇੱਕ ਮਤਲਬ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਆਪਣੇ ਜਿੰਨੇ ਵੀ ਸਬਸਕ੍ਰਾਈਬਰਸ ਨੇ ਉਹਨਾਂ ਨੂੰ ਦੱਸਿਓ ਕਿ ਜੇ ਤੁਸੀਂ ਮਤਲਬ ਜਿਹੜੀ ਅਮੈਰੀਕਨ ਕਰੰਸੀ ਆ ਉਹ ਇੰਡੀਆ ਤੋਂ ਚੇਂਜ ਕਰਾ ਕੇ ਲੈ ਕੇ ਜਾਂਦੇ ਹੋ ਤਾਂ 5-5 ਦੇ ਨੋਟ ਬਿਲਕੁਲ ਵੀ ਨਾ ਲੈ ਕੇ ਜਾਇਓ, 100 ਦਾ ਜਾਂ 20 ਦਾ ਮਤਲਬ ਵੀ ਐਵੇਂ ਕਰੰਸੀ ਲੈ ਕੇ, ਥੋੜ੍ਹਾ ਜਿਹਾ ਨਵਾਂ ਕਹਿੰਦੇ ਚਾਹੀਦਾ, ਆਪਣੇ ਨੋਟ ਬਹੁਤ ਹਲਕੇ ਸੀਗੇ। ਹਾਂਜੀ, ਨਵਾਂ ਨੋਟ ਚਾਹੀਦਾ ਮਤਲਬ ਉਹ ਕਹਿੰਦੇ। ਫਿਰ ਜਦੋਂ ਆਪਾਂ ਪਾਕਿਸਤਾਨ ਮਤਲਬ ਕਰਤਾਰਪੁਰ ਸਾਹਿਬ ਐਂਟਰ ਹੁੰਦੇ ਹਾਂ, ਦਰਸ਼ਨ ਕਰਦੇ ਹਾਂ, ਬਹੁਤ ਜ਼ਿਆਦਾ ਵਧੀਆ ਲੱਗਦਾ ਗਾ। ਗੁਰੂ ਸਾਹਿਬ ਦੀ ਧਰਤੀ ਆ, ਗੁਰੂ ਨਾਨਕ ਦੇਵ ਜੀ ਦੀ ਧਰਤੀ ਆ, ਆਖਰੀ ਸਮਾਂ ਗੁਰੂ ਸਾਹਿਬ ਉੱਥੇ ਰਹੇ ਸੀਗੇ, ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ, ਵਧੀਆ ਐਕਸਪੀਰੀਅੰਸ ਸੀਗਾ ਬਾਬੇ ਨਾਨਕ ਦੀ ਧਰਤੀ 'ਤੇ ਜਾ ਕੇ ਵਧੀਆ ਦਰਸ਼ਨ ਕੀਤੇ। ਅਤੇ ਫਿਰ ਸਭ ਤੋਂ ਵੱਡੀ ਗੱਲ ਹੋਈ ਜਿਹੜੀ ਮਤਲਬ ਸਾਡੇ ਲਈ ਖੁਸ਼ੀ ਦੀ ਗੱਲ ਤਾਂ ਸੀਗੀ ਹੋਈ ਸੀਗੀ ਕਿ ਸਾਨੂੰ ਬਾਬੇ ਨਾਨਕ ਦੀ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਪਰ ਉਦੋਂ ਵੀ ਵੱਡੀ ਗੱਲ ਮਤਲਬ ਵੀ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਸਾਨੂੰ ਇੰਨਾ ਜ਼ਿਆਦਾ ਪਿਆਰ ਮਿਲੂਗਾ ਪਾਕਿਸਤਾਨ ਦੀ ਧਰਤੀ ਉੱਤੇ ਵੀ, ਮਤਲਬ ਇੰਨਾ ਪਿਆਰ ਕਰਨ ਵਾਲੇ ਸਾਡੇ ਸਬਸਕ੍ਰਾਈਬਰਸ ਹੋਣਗੇ। ਵੈਸੇ ਆਪਣੇ ਬਸ ਕੁਛ ਵੀ ਨਹੀਂ ਹੁੰਦਾ, ਜੇ ਗੁਰੂ ਸਾਹਿਬ ਦਾ ਬੁਲਾਵਾ ਆਉਂਦਾ ਤਾਂ ਹੀ ਜਾ ਸਕਦੇ। ਅਸੀਂ ਪਹਿਲਾਂ ਵੀ ਅਪਲਾਈ ਕੀਤਾ ਸੀ ਅਤੇ ਸਾਨੂੰ ਪਰਮਿਸ਼ਨ ਨਹੀਂ ਸੀ ਮਿਲੀ ਅਤੇ ਨਹੀਂ ਮਨਜ਼ੂਰ ਸੀ ਪਰਮਾਤਮਾ ਨੂੰ ਉਹ ਦਿਨ, ਅਤੇ ਬਾਅਦ ਵਿੱਚ ਫਿਰ ਦੁਬਾਰਾ ਅਪਲਾਈ ਕੀਤਾ ਮਹਿਕ ਨੇ,
ਚਲੋ ਪਰਮਾਤਮਾ ਦਾ ਸਾਨੂੰ ਵਾਹਿਗੁਰੂ ਪਾਕਿਸਤਾਨ ਦੇ ਆਪਾਂ ਨੂੰ ਵੀਰ ਭੈਣਾਂ ਭਾਈ ਤਾਂ ਮਿਲੇ ਆਪਣੇ ਗੁਰਦਾਸਪੁਰ ਵੱਲ ਦੇ ਬਹੁਤ ਮਿਲੀ ਸੰਗਤ ਬਠਿੰਡੇ ਕਤੇਰੇ ਮੁਕਤ ਉੱਤੇ ਏਰੀਏ ਦੇ ਮਿਲੇ ਜਦਕਿ ਉਹ ਮਿਲ ਨਹੀਂ ਸਕਦੇ ਸੀਗੇ ਮਾਲਕ ਨੇ ਆਪਣੇ ਵੀ ਉੱਥੇ ਮਿਲਾ ਦਿੱਤੇ ਇੰਡੀਆ 'ਚ ਨਹੀਂ ਸੀ ਅਸੀਂ ਮਿਲ ਸਕਦੇ ਪਾਕਿਸਤਾਨ ਦੇ ਵਿੱਚ ਸਾਨੂੰ ਕਾਫੀ ਸਾਰੇ ਮਿਲੇ ਜਿਹਨੇ ਸਾਡੀ ਵੀਡੀਓ ਦੇਖਦੇ ਸੀਗੇ ਆਪਣੇ ਪੰਜਾਬੀ ਇੱਕ ਫੈਮਿਲੀ ਸੀਗੀ ਉਹ 400 ਕਿਲੋਮੀਟਰ ਦਾ ਸਫ਼ਰ ਆਪਣੇ ਰਿਸਕ ਦੇ ਉੱਤੇ ਕਰਕੇ ਆਏ ਸੀਗੇ ਪਾਕਿਸਤਾਨ ਤੋਂ ਕਿਉਂਕਿ ਉਹਨਾਂ ਨੂੰ ਕੁਛ ਨਹੀਂ ਸੀ ਪਤਾ ਕੋਈ ਸਾਡਾ ਕੰਟੈਕਟ ਨਹੀਂ ਸੀ ਕੁਛ ਵੀ ਨਹੀਂ ਸੀ ਸਿਰਫ ਉਹਨਾਂ ਨੇ ਵੀਡੀਓ ਦੇਖੀ ਸੀਗੀ ਅਸੀਂ 2 ਤਰੀਕ ਨੂੰ ਆਉਣਾ ਅਤੇ ਮੈਨੂੰ ਮਤਲਬ ਵੀ ਬਹੁਤ ਜ਼ਿਆਦਾ ਉੱਥੇ ਮਤਲਬ ਫੀਲ ਹੋਇਆ ਮੈਂ ਬਹੁਤ ਇਮੋਸ਼ਨਲ ਵੀ ਹੋਈ ਵੀ ਕੋਈ ਇੰਨਾ ਪਿਆਰ ਕਿੱਦਾਂ ਕਰ ਸਕਦਾ ਕਿਉਂਕਿ ਉਹ ਕਹਿੰਦੇ ਅਸੀਂ ਰਸਤੇ 'ਚ ਆਉਂਦੇ ਆਉਂਦੇ ਸੋਚਿਆ ਵੀ ਆਪਣਾ ਕੋਈ ਉਹਨਾਂ ਨਾ ਆਪਾਂ ਉਹਨਾਂ ਨੂੰ ਜਾਣਦੇ ਹਾਂ ਨਾ ਆਪਾਂ ਨੂੰ ਜਾਣਦੇ ਨੇ ਉਹ ਸਿਰਫ ਵੀਡੀਓ ਦੇ ਜ਼ਰੀਏ ਆਪਾਂ ਨੇ ਮਿਲਣਾ ਉਹਨਾਂ ਨੇ ਵੀ ਜੇ ਸ਼ਾਇਦ ਉਹਨਾਂ ਦਾ ਮਿਸ ਵੀ ਹੋ ਸਕਦਾ ਜੇ ਨਾ ਮਿਲੇ ਫਿਰ ਆਪਾਂ ਉਦਾਸ ਹੋ ਕੇ ਆਵਾਂਗੇ ਪਛਾਣ ਲਿਓ ਉਹਨਾਂ ਨੂੰ ਆਪਾਂ ਫਾਟੋ ਭੱਜੇ ਆਏ ਫਿਰ ਉਹ ਵੀਡੀਓ ਦੇਖਦੇ ਸੀ ਨਾ ਕਿਉਂਕਿ ਸਾਨੂੰ ਮਤਲਬ ਐਵੇਂ ਸੀਗਾ ਕਿ ਜੇ ਬਾਈ ਚਾਂਸ ਅਸੀਂ ਨਾ ਜਾਂਦੇ ਉਹਨਾਂ ਨੂੰ ਕਿੰਨਾ ਫੀਲ ਹੋਣਾ ਸੀਗਾ ਮਹਿਕ ਤੇ ਮਹਿਕ ਦੀ ਮੰਮੀ ਦਾ ਤਾਂ ਖੂਨ ਦਾ ਪਾਣੀ ਬਣਦਾ ਸੀਗਾ ਵੀ ਜੇ ਗੋਰਾ ਨਾ ਆਇਆ ਆਪਾਂ ਤਾਂ ਕੋਈ ਗੱਡੀ ਵੀ ਨਹੀਂ ਮਿਲੀ ਜਿਹਦੀ ਫੋਨ ਕਰੇ ਅੱਧਾ ਘੰਟਾ ਲੇਟ ਕਿਉਂਕਿ ਸਾਨੂੰ ਐਵੇਂ ਸੀਗਾ ਕਿ ਹੁਣ ਪਰਮਿਸ਼ਨ ਮਿਲੀ ਆ ਜਾ ਆਈਏ ਹੋਰ ਵੀ ਜੀ ਫੈਮਿਲੀਆਂ ਮਿਲਣ ਆਈਆਂ ਉੱਥੇ ਸਪੈਸ਼ਲ ਫੈਮਿਲੀਆਂ ਯਾਨੀ ਕਿ ਜਿਹੜੀਆਂ ਮਿਲਣ ਆਈਆਂ ਸੀ ਉਹ 3 ਸਪੈਸ਼ਲ ਫੈਮਿਲੀਆਂ ਸੀਗੀਆਂ 3 ਤੋਂ ਨਹੀਂ 4 ਸੀਗੀਆਂ ਇੱਕ ਫੈਮਿਲੀ ਨਾਲ ਹੋਰ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹ ਵੀ ਮਿਲਣਾ ਹੈ ਅਤੇ ਖਾਸ ਕਰਕੇ ਨਾਸਿਰ ਅਲੀ ਬਹੁਤ ਹੀ ਜ਼ਿਆਦਾ ਸਾਨੂੰ ਕਮੈਂਟ ਕਰਦਾ ਹੁੰਦਾ ਮੈਂ ਸਮਝਦੀ ਹੁੰਦੀ ਸੀ ਵੀ ਕਿ ਉਹ ਮਨੀ ਹੋਣਾ ਜਿੱਡਾ ਕਿ ਛੋਟਾ ਕੋਈ ਬੇਟਾ ਹੋਊਗਾ ਪਰ ਅਤੇ ਜਦੋਂ ਸਾਨੂੰ ਉਹ ਮਿਲੇ ਅਸੀਂ ਬਾਹਰ ਦੂਜਿਆਂ ਨਾਲ ਬਾਜ਼ਾਰ ਗਏ ਹੋਏ ਸੀ ਘੁੰਮਣ ਜਿਹੜੇ 450 ਕਿਲੋਮੀਟਰ ਤੋਂ ਆਏ ਸੀਗੇ ਅਤੇ ਜਦੋਂ ਅਸੀਂ ਵਾਪਸ ਆਏ ਸਾਨੂੰ ਗੇਟ ਦੇ ਉੱਤੇ ਮਿਲੇ ਅਤੇ ਉਹਨਾਂ ਨੇ ਪਹਿਚਾਣ ਲਿਆ ਸਾਨੂੰ ਭੱਜ ਕੇ ਸਾਡੇ ਕੋਲ ਆ ਗਏ ਆਂਟੀ ਸਤਿ ਸ਼੍ਰੀ ਅਕਾਲ ਮਹਿਕ ਕਿੱਥੇ ਆ ਮਹਿਕ ਕਿੱਥੇ ਆ ਮਹਿਕ ਗਈ ਹੋਈ ਸੀਗੀ ਥੋੜ੍ਹਾ ਜਿਹਾ ਕਿਤੇ ਕੰਮ ਤੇ ਬਾਹਰ ਵਿੱਚ ਮਤਲਬ ਮੰਮੀ ਨੂੰ ਮੈਂ ਰੋਕ ਰਹੀ ਹਾਂ ਕੰਮ ਵੀ ਕੁਛ ਨਹੀਂ ਸੀਗਾ ਅਸੀਂ ਇਕੱਠੇ 'ਚ ਤੁਰੇ ਜਾ ਰਹੇ ਸੀਗੇ ਮੈਂ ਮੰਮੀ ਹੋਣਾਂ ਤੋਂ ਥੋੜ੍ਹਾ ਪਿੱਛੇ ਸੀਗੀ ਉੱਥੇ ਇੱਕ ਪਾਕਿਸਤਾਨੀ ਫੈਮਿਲੀ ਬੈਠੀ ਹੋਈ ਸੀਗੀ ਉਹਨਾਂ ਨੇ ਰੋਕ ਲਿਆ ਉਹ ਵੀਡੀਓ ਵੀ ਨਹੀਂ ਦੇਖਦੇ ਸੀਗੇ ਉਹਨਾਂ ਨੇ ਰੋਕ ਲਿਆ ਹੈ ਨਾ ਕਹਿੰਦੇ ਕਿ ਰੋਕੋ ਤੁਸੀਂ ਵੀ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਅਤੇ ਮੈਂ ਕਿਹਾ ਵੀ ਹਾਂਜੀ ਕੋਈ ਚੱਕਰ ਨਹੀਂ ਹੈਗਾ ਕਹਿੰਦੇ ਤੁਹਾਡੀ ਫੈਮਿਲੀ ਕੁਛ ਕਹੂਗੀ ਤਾਂ ਨਹੀਂ ਹੈਗੀ ਵੀ ਤੁਸੀਂ ਸਾਡੇ ਨਾਲ ਗੱਲ ਕਰ ਜਿੱਦਾਂ ਦਾ ਮਾਹੌਲ ਹੁੰਦਾ ਨਾ ਅਜਿਹਾ ਮਾਹੌਲ ਮੈਂ ਕਿਹਾ ਵੀ ਨਹੀਂ ਐਵੇਂ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਗੱਲ ਕਰਨ ਲਈ ਮਿਲਣ ਲਈ ਤਾਂ ਹਨਾ ਵੀ ਆਪਾਂ ਆਏ ਉਧਰ ਆਪਣਾ ਮਾਹੌਲ ਤਾਂ ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਦਾ ਦਿੱਲੀ ਬੰਬੇ ਚੰਡੀਗੜ੍ਹ ਕਲਕੱਤੇ ਵਰਗਾ ਹਾਂਜੀ ਹਰੇਕ ਨਾਲੇ ਕੋਈ ਲੜਕਾ ਹੋਵੇ ਲੜਕੀ ਗੱਲਬਾਤ ਕਰ ਲੈਂਦੇ ਆ ਤੇ ਜਦੋਂ ਫਿਰ ਸਾਡੇ ਨਾਲ ਤੁਰਿਆ ਗਿਆ ਮੈਨੂੰ ਕਹਿੰਦਾ ਗੈਸ ਕਰੋ ਆਂਟੀ ਮੈਂ ਕੌਣ ਆ ਮੈਂ ਪਾਕਿਸਤਾਨ ਤੋਂ ਆ ਮੈਂ ਕਿਹਾ ਵੀ ਪਾਕਿਸਤਾਨ ਤੋਂ ਬਹੁਤ ਸਾਰੇ ਕਮੈਂਟ ਆਉਂਦੇ ਨੇ ਵੀ ਪੁੱਤਰ ਐਂ ਤਾਂ ਯਾਦ ਨਹੀਂ ਰਹਿੰਦਾ ਹੈਗਾ ਵੀ ਇੱਕ ਅੱਧਾ ਕਮੈਂਟ ਹੋ ਗਿਆ ਚਲੋ ਫਿਰ ਆਪਾਂ ਯਾਦ ਰੱਖਦੇ ਹਾਂ ਅਤੇ ਕਹਿੰਦਾ ਨਹੀਂ ਮੈਂ ਤਾਂ ਤੁਹਾਨੂੰ ਬਹੁਤ ਸਾਰੇ ਕਮੈਂਟ ਕਰਦਾ ਹਾਂ ਕਿ ਵੀਡੀਓ ਮੇਰੇ ਫਟਾਫਟ ਦਿਮਾਗ 'ਚ ਆਇਆ ਮਿਲਿਆ ਵੀ ਨਾਸਿਰ ਅਲੀ ਫਿਰ ਉਹਨਾਂ ਦੀ ਮਿਸਿਜ ਵੀ ਨਾਲ ਆਈ ਹੋਈ ਸੀਗੀ ਉਹਨਾਂ ਨੇ ਮਿਲਾਇਆ ਅਤੇ ਚਲੋ ਛੁੱਟੀ ਸੀਗੀ ਦੋਨੋਂ ਮੀਆਂ ਵੀ ਸਰਕਾਰੀ ਜੋਬ ਕਰਦੇ ਨੇ ਆਪਣਾ ਸਮਾਂ ਕੱਢ ਕੇ ਸਾਨੂੰ ਉਹ ਮਿਲਣ ਲਈ ਆਏ ਤੁਸੀਂ ਉਹ ਖੁਸ਼ੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਸਾਨੂੰ ਉੱਥੇ ਖੁਸ਼ੀ ਮਿਲੀ ਜਿਹੜਾ ਮਤਲਬ ਉਹ ਸਾਰਾ ਵੀ ਵਿਊ ਸੀਗਾ ਸਾਰਾ ਜਿੱਦਾਂ ਵੀ ਮਤਲਬ ਉਹ ਮਾਹੌਲ ਸੀਗਾ ਉਹ ਅੱਜ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਰਹਿੰਦਾ ਅੱਖਾਂ ਦੇ ਸਾਹਮਣੇ ਆ ਕਿਉਂਕਿ ਇੰਨਾ ਜ਼ਿਆਦਾ ਕੋਈ ਤੁਹਾਨੂੰ ਪਿਆਰ ਕਰਦਾ ਚਲੋ ਅਤੇ ਇੱਕ ਫੈਮਿਲੀ ਤਾਂ ਸੀਗੀ ਉਹਨਾਂ ਦੀ ਆਪਣੇ ਇੱਥੇ ਰਿਸ਼ਤੇਦਾਰੀ ਆ ਉਹ ਮੈਂ ਉਹਨਾਂ ਨੂੰ ਆਪਣੀ ਨਣ ਦੀ ਸਮਝਦੀ ਹਾਂ ਕਿਉਂਕਿ ਇੱਥੋਂ ਦੇ ਇੰਨੇ ਨੇੜੇ ਦੇ ਆਪਣੇ ਦੇ ਉਹਨਾਂ ਦੀਆਂ ਭਾਣ ਜੀ ਆਪਣੇ ਪਿੰਡ ਵਿੱਚ ਹੋਈਆਂ ਨੇ ਹਾਂ ਅਤੇ ਉਹ ਭਾਬੀ ਜੀ ਕਹਿੰਦੇ ਨੇ ਬੱਚੇ ਸਾਰੇ ਮਾਮੀ ਜੀ ਕਹਿੰਦੇ ਨੇ ਤੇ ਉਹ ਫੈਮਿਲੀ ਮਿਲੀ ਅੱਛਾ ਜਿੰਨੇ ਵੀ ਮਿਲੇ ਸਾਰਿਆਂ ਨੇ ਮਾਮੀ ਜੀ ਮਾਮੀ ਜੀ ਕਹਿੰਦੇ ਨੇ ਸਾਰੇ ਬੱਚੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਉਹਨਾਂ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਸਾਨੂੰ ਕਿੰਨੀ ਕੁ ਖੁਸ਼ੀ ਇੰਨਾ ਪਿਆਰ ਸਾਨੂੰ ਮੈਂ ਕਹਿੰਦੀ ਹਾਂ ਵੀ ਆਪਣੇ ਆਪਾਂ ਇੱਥੇ ਵੀ ਜਾਂਦੇ ਹਾਂ ਆਉਂਦੇ ਹਾਂ ਨਹੀਂ ਮਿਲਦਾ ਵੀ ਇੰਨਾ ਕੁ ਜ਼ਿਆਦਾ ਪਿਆਰ ਸਾਨੂੰ ਮਿਲਿਆ ਸਾਨੂੰ ਲੱਗਿਆ ਨਹੀਂ ਅਸੀਂ ਵੀ ਪਾਕਿਸਤਾਨ 'ਚ ਗਏ ਹੋਏ ਇੱਦਾਂ ਹੀ ਲੱਗਦਾ ਸੀ ਵੀ ਆਪਣੇ ਇੱਥੇ ਜਿਵੇਂ ਮੇਨ ਹੀ ਕੋਈ ਰਿਸ਼ਤੇਦਾਰ ਮਿਲੇ ਹੋਏ ਮਿਲੇ ਹੋਣ ਨਾ ਇੱਦਾਂ ਸੀਗਾ ਅਤੇ ਜਿਹੜਾ ਡਾਕਟਰ ਬੇਟਾ ਮਿਲਿਆ ਸੀ ਉਹ ਤਾਂ ਮੈਨੂੰ ਹਰ ਟਾਈਮ ਅੱਖਾਂ ਦੇ ਸਾਹਮਣੇ ਘੁੰਮਦਾ ਰਹਿੰਦਾ ਕੋਈ ਤੁਹਾਨੂੰ ਇੰਨਾ ਜ਼ਿਆਦਾ ਚਾਹੁੰਦਾ ਇੰਨਾ ਜ਼ਿਆਦਾ ਪਿਆਰ ਕਰਦਾ ਜਦੋਂ ਆਪਾਂ ਉਹਨਾਂ ਦੇ ਨਾਲ ਵਿਛੜਦੇ ਹਾਂ ਤੇ ਇੱਕ ਵਾਰੀ ਦਿਲ ਹਿੱਲਦਾ ਤੇ ਵੀਰ ਜੀ ਤਾਂ ਸਾਨੂੰ ਜਿਹੜੇ ਇੱਥੋਂ ਜਿਹਨਾਂ ਦੀ ਰਿਸ਼ਤੇਦਾਰੀ ਆ ਉਹ ਸਾਨੂੰ ਦੁਬਾਰਾ ਵੀ ਕਹਿੰਦੇ ਮੈਨੂੰ ਰੋਣਾ ਆ ਗਿਆ ਮੇਰਾ ਕਹਿੰਦੇ ਦਿਲ ਤੱਕ ਤਾਂ ਕਰਦਾ ਸੀ ਕਹਿੰਦੇ ਮੈਂ ਵਾਪਸ ਮੁੜ ਕੇ ਫੇਰ ਆਇਆ ਵੀ ਜੇ ਸ਼ਾਇਦ ਉੱਥੇ ਖੜੇ ਹੋਣ ਤਾਂ ਮੈਂ ਉਹਨਾਂ ਨੂੰ ਮਿਲ ਕੇ ਆਵਾਂ ਕਹਿੰਦੇ ਫਿਰ ਮੈਂ ਬਹੁਤ ਉਦਾਸ ਹੋ ਕੇ ਮੁੜਿਆ ਮੈਂ ਕਿਹਾ ਵੀਰ ਜੀ ਇਸ ਤਰ੍ਹਾਂ ਜਦੋਂ ਵੀ ਫਟਾਫਟ ਨਿਕਲ ਗਏ ਸੀ ਸਾਨੂੰ ਹਨੇਰਾ ਹੁੰਦਾ ਸੀਗਾ ਵੈਸੇ ਮਤਲਬ ਕਈ ਵਾਰ ਬਹੁਤ ਫੀਲ ਹੁੰਦਾ ਕਿ ਇੰਨੇ ਜੋਗੇ ਤਾਂ ਹੈ ਨਹੀਂ ਸੀਗੇ ਕਿ ਅਸੀਂ ਤਾਂ ਮਤਲਬ ਕੁਛ ਵੀ ਮਤਲਬ ਨੋਰਮਲ ਵੀਡੀਓ ਪਾਉਂਦੇ ਸੀ ਘਰ ਤੋਂ
ਪਰ ਇੰਨਾ ਜ਼ਿਆਦਾ ਕੋਈ ਮਤਲਬ ਪਿਆਰ ਕਰਦਾ। ਇੰਡੀਆ ਦੇ ਵਿੱਚ ਵੀ ਬਹੁਤ ਫੈਮਿਲੀਜ਼ ਨੇ ਜਿਹੜੀਆਂ ਹੱਦੋਂ ਵੱਧ ਪਿਆਰ ਕਰਦੀਆਂ ਨੇ, ਆਪਣੇ ਰਿਸ਼ਤੇਦਾਰਾਂ ਤੋਂ ਵੱਧ ਕੇ ਸਾਡਾ ਕਰਦੇ ਆ, ਹਮੇਸ਼ਾ ਸਾਨੂੰ ਫੋਨ ਕਰਦੇ ਆ, ਮਿਲਣ ਵੀ ਆਉਂਦੇ ਨੇ, ਮਿਲਣ ਵੀ ਆਉਂਦੇ ਨੇ। ਜੇ ਕਿਸੇ ਦਾ ਕੋਈ ਦੁੱਖ ਸੁੱਖ ਹੁੰਦਾ ਉਹ ਵੀ ਸਾਡੇ ਨਾਲ ਸਾਂਝਾ ਕਰਦੇ ਆ, ਆਪਣਾ ਸਮਝ ਕੇ ਕਰਦੇ ਆ। ਬਾਹਰੋਂ ਵੀ ਕਨੇਡਾ ਅਮੈਰੀਕਾ ਜਿੱਥੋਂ ਵੀ ਕਿਸੇ ਦਾ ਮਤਲਬ ਹੁੰਦਾ ਵਾ, ਜਿਹਦੇ ਲਈ ਜਿਹਦੇ ਕੋਲ ਐਵੇਂ ਹੁੰਦਾ ਵੀ ਸਾਡੇ ਕੋਲ ਕੋਈ ਨਹੀਂ ਹੈਗਾ ਗੱਲ ਕਰਨ ਦੇ ਲਈ, ਕਈ ਉਹ ਵੀ ਫੈਮਿਲੀਜ਼ ਨੇ, ਕਈ ਭੈਣਾਂ ਨੇ ਜਿਹੜੀਆਂ ਕੰਟੈਕਟ ਕਰਦੀਆਂ ਨੇ, ਅਤੇ ਅਸੀਂ ਵੀ ਹਮੇਸ਼ਾ ਮਤਲਬ ਕਰੀਦਾ ਜਿਹੜਾ ਵੀ ਸਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ, ਜਿੰਨਾ ਟਾਈਮ ਹੁੰਦਾ ਟਾਈਮ 'ਚੋਂ ਟਾਈਮ ਕੱਢ ਕੇ ਹਰੇਕ ਦਾ ਅਸੀਂ ਵੀ ਕਰਦੇ ਹਾਂ। ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਕਿਸੇ ਦਾ ਇੰਨਾ ਕੀਤਾ ਹੋਊਗਾ ਜਿੰਨਾ ਕਿ ਸਾਨੂੰ ਪਿਆਰ ਮਿਲਦਾ ਗਾ। ਪਰ ਵੈਸੇ ਇਹ ਗੁਰੂ ਸਾਹਿਬ ਦੀ ਮਿਹਰ ਆ ਵੀ ਆਪਾਂ ਤਾਂ ਇੰਨੇ ਜੋਗੇ ਹੈ ਨਹੀਂ ਸੀਗੇ, ਆਪਾਂ ਤਾਂ ਸਿਰਫ ਬਾਬੇ ਨਾਨਕ ਦੀ ਧਰਤੀ ਤੇ ਉਹ ਬਾਬੇ ਨਾਨਕ ਦੀ ਉਹ ਜਗ੍ਹਾ ਦੇ ਦਰਸ਼ਨ ਕਰਨ ਗਏ ਸੀਗੇ, ਬਾਬੇ ਨਾਨਕ ਨੇ ਮੇਲ ਕਰਾਇਆ। ਤੇ ਕਿਉਂਕਿ ਮਤਲਬ ਉਹ ਜਿਹੜੀ ਧਰਤੀ ਆ ਕਰਤਾਰਪੁਰ ਸਾਹਿਬ ਦੀ, ਉਹ ਮੇਨ ਬਹੁਤ ਵੱਡਾ ਇਤਿਹਾਸ ਆ ਸਿੱਖਾਂ ਦਾ ਕਿ ਉਸ ਧਰਤੀ ਦੇ ਉੱਤੇ ਸਾਡੇ ਪਹਿਲੇ ਪਾਤਸ਼ਾਹ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀਗੀ, ਉਹ ਗੁਰੂ ਸਾਹਿਬ ਉੱਥੇ ਰਹੇ, ਖੇਤੀ ਕਰਦੇ ਰਹੇ, ਉਹਨਾਂ ਨੇ ਆਖਰੀ ਸਮਾਂ ਆਪਣਾ ਉੱਥੇ ਬਿਤਾਇਆ ਸੀਗਾ। ਅਤੇ ਭਾਗਾਂ ਨਾਲ ਆ ਕਿ ਜੇ ਉਹ ਦਰਸ਼ਨ ਕਰਨ ਦਾ ਮੌਕਾ ਮਿਲਦਾ ਤਾਂ ਜ਼ਰੂਰ ਕਰਕੇ ਆਇਓ, ਅਤੇ ਕੋਸ਼ਿਸ਼ ਜ਼ਰੂਰ ਇਹ ਕਰਿਓ ਕਿਉਂਕਿ ਜਿਹੜੇ ਤੁਹਾਡੇ ਮਾਂ ਪਿਓ ਆ ਉਹਨਾਂ ਨੂੰ ਜ਼ਰੂਰ ਦਰਸ਼ਨ ਕਰਾ ਕੇ ਲੈ ਕੇ ਆਇਓ, ਕਿਉਂਕਿ ਕਈ ਮਤਲਬ ਐਵੇਂ ਦੇ ਬਜ਼ੁਰਗ ਹੈਗੇ ਆ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਸਾਡੇ ਵਾਲੀ ਪੀੜ੍ਹੀ ਆ, ਇਹਨਾਂ ਨੂੰ ਇਹਨਾਂ ਨੇ ਇੰਨਾ ਇਤਿਹਾਸ ਪੜ੍ਹਨ ਦਾ ਵੀ ਸ਼ੌਂਕ ਨਹੀਂ ਹੈਗਾ ਕਿਸੇ ਨੂੰ, ਅਤੇ ਬਾਬੇ ਨਾਨਕ ਬਾਰੇ ਵੀ ਕਿਸੇ ਨੂੰ ਨਹੀਂ ਪਤਾ, ਜਿਹੜੀ ਪਹਿਲਾਂ ਮਤਲਬ ਮੰਮੀ ਹੋਣੀ ਨੇ ਜਾਂ ਇੱਦੂ ਪਹਿਲਾਂ ਵਾਲੇ ਜਿਹੜੇ ਜਿਵੇਂ ਸਾਡੇ ਦਾਦਾ ਦਾਦੀ ਹੋਣੀ ਹੋ ਗਏ, ਅਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਬਾਬੇ ਨਾਨਕ ਨੂੰ ਬਹੁਤ ਜਿਵੇਂ ਕਹਿ ਲਓ ਕਿ ਨੇੜੇ ਤੋਂ ਜਾਣਿਆ ਵਾਲੀ ਗੱਲ ਹੋ ਗਈ ਕਿ ਉਹਨਾਂ ਨੇ ਬਾਣੀ ਨੂੰ ਵੀ ਬਹੁਤ ਜ਼ਿਆਦਾ ਪੜ੍ਹਿਆ, ਇਤਿਹਾਸ ਪੜ੍ਹਿਆ ਵਾ, ਅਤੇ ਨਾਲ ਉਹਨਾਂ ਨੇ ਅਰਥ ਪੜ੍ਹਿਆ, ਉਹ ਜਿਵੇਂ ਮਤਲਬ ਵੀ ਜ਼ਿਆਦਾ ਪਿਆਰ ਕਰਦੇ ਆ। ਬਾਬੇ ਨਾਨਕ ਨੂੰ ਤਾਂ ਸਾਰੇ ਧਰਮਾਂ ਦੇ ਲੋਕ ਬਹੁਤ ਪਿਆਰ ਕਰਦੇ ਹੈਗੇ, ਕੋਈ ਉਹ ਨਹੀਂ ਹੈਗਾ, ਮੁਸਲਮਾਨਾਂ ਨੇ ਆਪਣਾ ਪੀਰ ਕਰਕੇ ਵੀ ਜਾਣਿਆ ਉਹਨਾਂ ਨੂੰ, ਅਤੇ ਸਾਰੇ ਪਿਆਰ ਕਰਦੇ ਆ। ਅਤੇ ਕੋਸ਼ਿਸ਼ ਕਰਿਓ ਕਿ ਆਪਣੇ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਦਰਸ਼ਨ ਕਰਾ ਕੇ ਲੈ ਕੇ ਆਇਓ। ਅਤੇ ਇਸ ਤੋਂ ਬਾਅਦ ਅਗਲੀ ਵੀਡੀਓ ਆਊਗੀ ਡਿਟੇਲ ਦੇ ਵਿੱਚ, ਜਿਹਦੇ ਵਿੱਚ ਫੁੱਲ ਪ੍ਰੋਸੈਸ ਹੋਊਗਾ ਕਿ ਤੁਸੀਂ ਕਿੱਦਾਂ ਪਾਕਿਸਤਾਨ ਜਾਣ ਦੇ ਲਈ ਮਤਲਬ ਕਰਤਾਰਪੁਰ ਸਾਹਿਬ ਜਾਣ ਦੇ ਲਈ ਘਰ ਬੈਠੇ ਰਜਿਸਟਰ ਕਰ ਸਕਦੇ ਹੋ। ਅਤੇ ਕੋਸ਼ਿਸ਼ ਕਰਿਓ ਕਿ ਰਜਿਸਟਰ ਕਰਿਓ ਅਤੇ ਜਾ ਕੇ ਆਇਓ, ਦਰਸ਼ਨ ਕਰਕੇ ਆਇਓ, ਨਾਲੇ ਹੋਰ ਵੀ ਜਿਹਨੂੰ ਕਰਵਾ ਸਕਦੇ ਹੋ ਕਰਵਾ ਕੇ ਲੈ ਕੇ ਆਇਓ, ਅਤੇ ਜਿਹਨੂੰ ਮਤਲਬ ਇਹ ਪ੍ਰੋਸੈਸ ਪਤਾ ਔਨਲਾਈਨ ਕਰ ਸਕਦਾ। ਅਤੇ ਕੋਸ਼ਿਸ਼ ਕਰੋ ਕਿ ਆਪਣੀ ਫੈਮਿਲੀ ਤੋਂ ਬਿਨਾਂ ਵੀ ਜਿਹੜੇ ਪਿੰਡ ਦੇ ਤੁਹਾਡੇ ਰਿਲੇਟਿਵਸ ਆ ਜਿਹਦੇ ਨਾਲ ਜਾਣ ਪਛਾਣ ਆ, ਉਹਨਾਂ ਦਾ ਉਹ ਔਨਲਾਈਨ ਫੋਰਮ ਵਗੈਰਾ ਭਰ ਦਿਓ, ਕਿਉਂਕਿ ਜੇ ਕਿਤੇ ਬੰਦਾ ਭਰਵਾਉਣ ਜਾਂਦਾ ਉਹਦੇ 'ਤੇ ਫੀਸ ਲੱਗਦੀ ਹੈ, ਜੇ ਕੋਈ ਕੈਫੇ 'ਤੇ ਜਾਊਗਾ ਹੈ ਨਾ ਉਹਦੀ ਫੀਸ ਲੱਗੂਗੀ। ਅਤੇ ਕਈ ਮਤਲਬ ਐਵੇਂ ਦੇ ਵੀ ਮਤਲਬ ਬਜ਼ੁਰਗ ਹੁੰਦੇ ਆ ਕਿ ਜਿਨ੍ਹਾਂ ਨੂੰ ਨਹੀਂ ਓਨੀ ਫੀਸ ਵਗੈਰਾ ਵੀ, ਕਈ ਵਾਰ ਬੰਦਾ ਅਫੋਰਡ ਨਹੀਂ ਕਰ ਪਾਉਂਦਾ, ਜੇ ਇਹ ਵੀ ਇੱਕ ਸੇਵਾ ਹੀ ਆ ਜੇ ਤੁਸੀਂ ਕਰੋਗੇ ਤਾਂ। ਅਤੇ ਵਧੀਆ ਗੱਲ ਆ, ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।